ਹਾਏ ਕਿੱਦਾਂ ਸਾਰੇ, ਕੀ ਹਾਲ ਚਾਲ ਆ ਤੇਰੀ ਬਾਬੀ। ਸਵਾਗਤ ਆ ਤੁਹਾਡਾ ਇੱਕ ਹੋਰ ਲੋਗ ਦੇ ਵਿੱਚ। ਜਾ ਵੇਖਿਓ, ਰੱਸੀ ਖੋਲਦਾ ਫਿਰਦਾ ਪਤੰਦਰ। ਲੈ 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 ਆ ਜਾ ਯਾਰ, ਮੈਨੂੰ ਇੱਧਰ ਲਾ ਦੇ ਆ। ਛਤਰੀ ਦੇ ਪਾਉਣਾ ਹੁੰਦਾ ਫਿਰ ਇੱਧਰ ਜਾ ਬਣਾਈਦਾ ਵਾ। ਹੁਣ ਬੈਠਾ ਨਾ, 2 ਸਕਿੰਟਾਂ ਦੇ ਵਿੱਚ ਇੱਧਰ ਜਾ ਉੜੂਗਾ। ਆਪਾਂ ਨਵੇਂ ਬੱਚੇ, ਜਿਹੜੇ ਨਿੱਕੇ ਬੱਚੇ ਆ ਗਿਆ ਲੈ ਆ ਗਿਆ ਨਾ, ਇਹਨੂੰ ਤਾਂ ਲਾਵਾਂਗੇ। ਹਲੇ ਮੈਂ ਕਹਿੰਦਾ ਹਲੇ ਇਹਨਾਂ ਨੂੰ ਗਰਮ ਗੁਰਮ ਜਿਹੇ ਹੋ ਜਾਂਦੇ, ਧਾਪੇ ਲਾਏ ਸੀਗੇ, ਫਿਰ ਡਾਵਾਂਗੇ ਘੰਟੇ ਕੁ ਤੱਕ। ਸੁਬਹਾ ਲਾਏ ਵੇ 7-8 ਵਜੇ ਦੇ ਮੇਰੇ, ਦੇ ਕੇ ਪਾਣੀ ਪੂਣੀ ਅਤੇ ਹੁਣ ਪਾਣੀ ਨਾਲੇ ਮੈਨੂੰ ਹਾਜ਼ਮ ਹੋਜੂ, ਸੋਕ ਲੈਣਗੇ। ਅਤੇ ਨਾਲੇ ਆਪਾਂ ਬੱਚੇ ਲਾਏ ਸੀ ਇੱਧਰ ਸਾਰੇ, ਚਾਰ ਪੰਜ, ਨਾਲੇ ਧੁੱਪ ਧੁੱਪ ਲੱਗ ਜੂ, ਨਾਲੇ ਸੈੱਟ ਰਹਿਣਗੇ ਥੋੜ੍ਹੇ ਜਿਹੇ, ਇਹ ਨਾਲੇ ਗੈਜੇ ਆਉਣਗੇ। ਇੱਕ ਡੱਬਾ ਦੇਖ ਲਓ ਕਿਵੇਂ ਜਿਹਾ ਨਿਕਲਿਆ, ਤੁਹਾਨੂੰ ਪਤਾ ਹੀ ਆ। ਲਓ ਬਾਈ ਆਹ ਤੇ ਚਿੱਟੇ ਰੱਤਾ ਨਿਕਲਿਆ, ਰੱਤਾ ਬੱਚਾ ਦੇਖ ਲਓ, ਮੁੰਡਾ ਵੱਡਾ ਹੈ ਬੱਚਾ, ਰੱਤਾ ਖੜ ਜਾ ਬੱਚੂ। ਠੀਕ ਆ, ਅਤੇ ਕੱਪੜਾ ਇਹਦੇ ਨਾਲ ਦਾ ਥੱਲੇ ਲਾ ਦਾਂਗੇ, ਮੇਰੇ ਇਰਾਦਾ ਤਾਂ ਹੈਗਾ। ਅਤੇ ਨਾਲੇ ਤਾਂ ਬੱਚੇ ਗਿੱਜ ਜਾਇਆ ਕਰਨਗੇ, ਤਹਿ ਤਾਂ ਪੱਕੇ ਹੋ ਜਾ ਕਰਨਗੇ ਨਾਲੇ। ਚਲੋ ਦੇਖਦੇ ਹਾਂ ਫਿਰ ਵੀ ਜਿਵੇਂ ਵੀ ਹੁੰਦਾ ਵਾ। ਠੀਕ ਆ, ਅੱਜ ਫਿਰ ਆਪਾਂ ਡਾਉਣੇ ਆ, ਸਾਰੇ ਡਾਉਣੇ ਆ। ਕਿੰਨੇ ਆ? 1, 2, 3, 4, 5, 6, 7, 8, ਆਹ ਦੋਨੇ ਨਹੀਂ ਡਾਉਣੇ ਕਿਉਂਕਿ ਬੱਚੇ ਨਿੱਕੇ। 8 ਡਾਉਣੇ, ਇਹਨਾਂ ਨੂੰ ਤਾਂ ਪਾਉਣੇ ਆ ਜਾ ਕੇ। ਆਹ ਥੋੜ੍ਹਾ ਜਿਹਾ ਢਿੱਲਾ ਯਾਰ, ਇਹ ਦਿਖਾਉਣਾ ਪੈਣਾ ਜਾ ਕੇ, ਕਿਸੇ ਕੋਲ ਲਿਆਉਣਾ ਪੈਣਾ। ਦੇਖਦੇ ਹਾਂ ਇਹਨੂੰ ਕੀ ਕਰਦਾ ਕੀ ਬਣਦਾ। ਬਾਕੀ ਸਾਰੇ ਦੂਜੇ ਲਾਉਣੇ ਆ, ਹੌਲੀ ਹੌਲੀ ਕਰਦੇ ਇਹਨਾਂ ਨੂੰ ਸੈੱਟ। ਵੇਖਦੇ ਹਾਂ ਪਾਣੀ ਪੂਣੀ ਸੋਕ ਲਿਆ, ਮਤਲਬ ਕਰ ਗਏ ਹਾਜ਼ਮ ਪਾਣੀ, ਤਾਂ ਫਿਰ ਛੱਡਦੇ ਹਾਂ। ਜਿਵੇਂ ਆਹ ਤਾਂ ਕਰ ਗਿਆ, ਅਤੇ ਇਹਦੇ 'ਚ ਦਾਣੇ ਸੀ ਪੋਟੇ 'ਚ, ਇਹਨੇ ਨਹੀਂ ਕਰਿਆ ਹਾਲੇ, ਇਹਨੇ ਆਹ ਵੀ ਕਰ ਗਿਆ। ਆਹ ਬਸ ਇਹਨਾਂ ਨੂੰ ਹੋ ਜਾਂਦਾ ਸੋਕ, ਆ ਜਾਵਾਂ ਸੁੱਕ ਜਾ, ਸੋਕ ਲੈਣ ਦੋ ਪਾਣੀ। ਫਿਰ ਆਹ ਵੀ ਕਰ ਗਿਆ, ਇਹਨੂੰ ਛੱਡ ਗਏ। ਚਲੋ ਛੱਡਦੇ ਹਾਂ, ਠਹਿਰ ਕੇ ਛੱਡਾਂਗੇ ਨਾਲੇ ਹੋਰ ਘੰਟੇ ਕੁ ਤੱਕ ਨਾ, ਮਤਲਬ ਪੂਰੇ 11 ਵਜੇ ਨਾਲੇ ਪੂਰਾ ਸੇਕ ਜਿਹਾ ਹੋ ਜੂਗਾ ਉਦੋਂ ਯਾਰ, ਪੂਰਾ ਐਨ ਸਿਹਾ ਹੋ ਜੂਗਾ ਉਹਨਾਂ ਟਾਈਮ। ਹੁਣ ਮੈਂ ਦਿਖਾ ਦੇਣਾ ਅੰਡੇ ਧਰੇ ਆ ਨਵੇਂ। ਲਓ ਬਾਬੇ ਅੰਡੇ ਧਰੇ ਆ, ਆਪਣਾ ਪ੍ਰਿੰਸੂ ਕਿਉਂ ਉਸ ਤਰ੍ਹਾਂ ਨਾ। ਲਓ ਅੰਡੇ ਅਤੇ ਅੰਡੇ ਆਹ ਪੁਰਾਣੇ ਬੱਚੇ ਨਿਕਲਣ ਵਾਲੇ 1-2 ਦਿਨਾਂ ਤੱਕ। ਠੀਕ ਆ, ਇਹਨਾਂ ਦੇ ਵਿੱਚ ਆਪਾਂ ਗਾਰਾ ਲਾਉਣਾ ਯਾਰ, ਬਣਾਇਆ ਬਣਾਏ ਮੂਹਰੇ ਨਾਲੇ ਵੀ ਬਾਹਰ ਨਹੀਂ ਨੇੜੇ ਤੋਂ, ਤਾਂ ਕਰਕੇ ਇਹਨੇ ਦੂਜਾ ਅੰਡਾ ਧਰਨਾ ਵਾ। ਅਤੇ ਆਹ ਧਰਿਆ, ਠੀਕ ਆ ਨਾ, ਕਹੋ ਬੈਠਾ ਵੜਿਆ ਕਬੂਤਰ ਆਹ ਨਵੀਂ ਕਬੂਤਰ, ਉਹ ਵੀ ਕਬੂਤਰ, ਆਹ ਵੀ ਕਬੂਤਰ, ਆਹ ਵੀ ਕਬੂਤਰ। ਚਲੋ ਠੀਕ ਆ, ਲਿਆਓ ਯਾਰ ਇਹਦਾ ਗੇੜਾ ਕਢਾਈਏ ਆਪਾਂ। ਹਾਂ ਆ ਜਾਓ ਆ ਜਾਓ, ਤੁਹਾਨੂੰ ਦਿਖਾਈਏ ਕਿਹੜਾ ਕਢਾ ਕੇ ਇਹਦਾ ਕਿਵੇਂ ਉੜਦਾ ਹੁੰਦਾ ਇਹ। ਆ ਜਾਓ ਫਿਰ ਲਿਆਉਣਾ ਆਪਣਾ ਦੂਰ ਲਿਆਉਂਦੇ ਹਾਂ। ਆਹ ਬੈਠਾ ਦੂਰ ਉੱਠ ਗਿਆ ਬਾਬੇ, ਘੁੰਮ ਘੁੰਮ ਕੇ ਆ ਗਿਆ, ਵਾਹ ਵਾਹ ਟਾਈਮ ਗੇੜੇ ਕੱਢ ਕੇ। ਮੈਂ ਲੱਗਦਾ 7-8 ਮਿੰਟ ਗੇੜੇ ਕੱਢੀ ਆ ਉੱਧਰ, ਅਤੇ ਮੋਟਰਸਾਈਕਲ ਉਹਲੇ ਹੋ ਗਏ ਜਾਂ ਆਦਤ ਪਈ ਜਾਂਦੇ, ਉਹ ਉੱਥੇ ਖੜ੍ਹਾ ਸੀ ਨਾ ਮੈਂ, ਤਾਂ ਕਰਕੇ ਉਹਲੇ ਸੀਗਾ। ਅਤੇ ਫਿਰ ਇਹਨੂੰ ਹੁਣ ਦੇਖਿਆ, ਅਤੇ ਆਪਾਂ ਹੁਣ ਲੰਡੀ ਜਾ ਕੇ ਆਈਏ ਜਾਸ ਕੋਲ, ਜਾਂ ਕਿਸੇ ਕੋਲ ਹੋਰ ਦੇਖੀਏ, ਚੱਲ ਫਿਰ ਦੇਖਦੇ ਹਾਂ। ਮਾਲ ਸਰ ਆ ਗਏ ਸੀਗੇ,
ਤੇ ਉਹ ਜਵਾਕ ਨੇ ਫੜਿਆ ਕਬੂਤਰ ਹੁਣ ਛੱਡ ਦੇ ਉਹ ਬੈਠ ਗਿਆ ਮੋਟਰਸਾਈਕਲ ਕਰਕੇ ਬੈਠ ਗਿਆ ਜਮਾਂ ਦੂਰੋਂ ਜਮਾਂ ਦੂਰੋਂ ਕਰਕੇ ਆਉਣਾ ਉਹ ਕਿਵੇਂ ਆ ਬਣਾਈ ਜਾ ਕੋਈ ਨਾ ਲੈ ਹੌਲੀ ਹੌਲੀ ਚਲੋ ਫਿਰ ਹੁਣ ਬਾਅਦ 'ਚ ਮਿਲਦੇ ਹਾਂ ਆਪਾਂ ਤੁਹਾਨੂੰ ਸਾਰੇ ਅਤੇ ਕੀ ਹਾਲ ਚਾਲ ਆ ਅੱਜ ਆਪਾਂ ਤੁਹਾਨੂੰ ਕਰਾਉਂਦੇ ਹਾਂ ਇੱਕ ਹੋਰ ਨਵਾਂ ਸ਼ੌਂਕ ਬਾਈ ਦੇ ਪਿੰਜਰੇ ਦੇਖੋ ਘੈਂਟ ਬਣਾਏ ਵੇ ਆ ਪੂਰੇ ਆਲ ਛਤਰੀਆਂ ਪੂਰੀ ਤਿਆਰੀ ਕਬੂਤਰ ਛੱਡੇ ਵੇ ਆ ਅਤੇ ਆ ਜਾਓ ਆਪਾਂ ਬਾਈ ਦੇ ਕਬੂਤਰ ਦਿਖਾਉਂਦੇ ਹਾਂ ਤੁਹਾਨੂੰ ਤੂੰ ਮੂਹਰੇ ਹੀ ਹੁੰਦਾ ਇਹ ਬਈ ਐਤੀ ਬਾਰੇ ਐਤੀ ਛੱਡਣ ਵਾਲੇ ਆ ਇਹ ਕਬੂਤਰ ਹੈ ਕਬੂਤਰੀਆਂ ਠੀਕ ਆ ਜਮਨ ਸਾਰੇ ਨਵੇਂ ਹੀ ਆ ਆ ਬਾਈ ਕਬੂਤਰੀਆਂ ਸਾਰੀਆਂ ਇੱਕ ਗੱਲ ਬਾਈ ਦੇ ਕਬੂਤਰ ਸਾਫ ਸੁਥਰੇ ਬਹੁਤ ਹੈ ਮੈਲੇ ਮੁਲੇ ਜਾਵਾਂ ਹੀ ਨਹੀਂ ਆਪਣੇ ਵਾਲਿਆਂ ਵਾਂਗੂ ਅਤੇ ਬਾਈ ਦੇ ਦਿਖਾਉਣੇ ਆ ਕਬੂਤਰ ਠੀਕ ਆ ਪੁਰਾਣਾ ਕੋਈ ਛੱਡਿਆ ਵਾ ਹੈਗਾ ਜਿਹੜੇ ਪਹਿਲਾਂ ਛੱਡੇ ਹੋਣ ਸਾਰੇ ਨਵੇਂ ਹੀ ਆ ਲਓ ਬਾਬੇ ਆਪਾਂ ਘਰ ਆ ਗਏ ਸੀਗੇ ਉਹ ਯਾਰ ਉਹ ਛੋਟਾ ਤਾਂ ਬਣਾਈ ਕਿਉਂਕਿ ਦੂਜੇ ਖੁੱਡਿਆਂ ਨੂੰ ਜਿੰਦਾ ਜਿੰਦਾ ਲੱਗਿਆ ਸੀ ਬਈ ਆ ਪੈਣੀ ਸੀਗੀ ਅਤੇ ਹੁਣ ਜਿੱਦੇ ਗਏ ਉਹ ਪੂਰੀ ਬਣਾਵਾਂਗੇ ਇਸੇ ਕਰਕੇ ਆਪਾਂ ਵਲੌਗ ਦੇ ਵਿੱਚ ਹੀ ਐਡ ਕਰਤੀ ਉਹ ਦੋ ਕੁ ਮਿੰਟਾਂ ਦਾ ਸੀ ਜਿਹੜਾ ਤੁਹਾਨੂੰ ਛੌਂਕ ਕਰਵਾਇਆ ਨਵਾਂ ਠੀਕ ਆ ਅਤੇ ਆਪਣੇ ਵੀ ਛੱਡੇ ਵੇ ਆ ਬਸ ਮੈਂ ਸਾਨੂੰ ਵੀ ਡੇਢ ਕੁ ਵੱਜ ਗਿਆ 2 ਵੱਜਣ ਵਾਲੇ ਆ ਅਤੇ ਦੇਖਦੇ ਹਾਂ ਕੀ ਕਰਦੇ ਆ ਹੋਰ ਅਤੇ ਚਲੋ ਫਿਰ ਮਿਲਦੇ ਹਾਂ ਕੱਲ੍ਹ ਨੂੰ ਕਰਦੇ ਹਾਂ ਵਲੌਗ ਦਾ ਐਂਡ ਠੀਕ ਆ।